ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਸਾਰੇ ਸੂਬੇ ਅੰਦਰ ਵਿਕਾਸ ਕਾਰਜਾਂ ਦਾ ਆਨਲਾਈਨ ਉਦਘਾਟਨ ਕੀਤਾ, ਉੱਥੇ ਆਦਮਪੁਰ ਸ਼ਹਿਰ ਲਈ ਵੀ ਹਲਕਾ ਇੰਚਾਰਜ ਅਤੇ ਚੇਅਰਮੈਨ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਮਹਿੰਦਰ ਸਿੰਘ KP ਦੇ ਵਿਸ਼ੇਸ਼ ਸਦਨਾਂ ਸਦਕਾ ਕਰੋੜਾਂ ਦੀ ਗ੍ਰਾਂਟ ਮਿਲਣ ਦੀ ਆਸ ਨਾਲ ਸ਼ਹਿਰ ਅੰਦਰ ਹੋਰ ਵਿਕਾਸ ਕਾਰਜਾਂ ਦਾ ਰਾਹ ਪੱਧਰਾ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਦਸ਼ਵਿੰਦਰ ਚਾਰ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਜਿੱਥੇ ਪੂਰੇ ਸੂਬੇ ਅੰਦਰ ਖਾਸ ਤੌਰ 'ਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾ ਦੇ ਕੀਤੀ ਗਈ ਹੈ, ਉੱਥੇ KP ਸਾਹਿਬ ਦੇ ਵਿਸ਼ੇਸ਼ ਯਤਨਾਂ ਸਦਕਾ ਆਦਮਪੁਰ ਸ਼ਹਿਰ ਨੂੰ ਵੀ ਇਸ ਵਿੱਚੋਂ ਕਰੀਬ 8 ਕਰੋੜ ਦੀ ਗ੍ਰਾਂਟ ਮਿਲਣ ਦੀ ਆਸ ਕੀਤੀ ਜਾ ਰਹੀ ਹੈ, ਜੋ ਕਿ ਸ਼ਹਿਰ ਅੰਦਰ ਸੀਵਰ, ਸ਼ੁੱਧ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਅਤੇ ਗਲੀਆਂ ਦੇ ਸੁੰਦਰੀਕਰਨ 'ਤੇ ਖਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਅੰਦਰ ਪਹਿਲਾਂ ਵੀ ਵਿਕਾਸ ਕਾਰਜ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹਨ ਅਤੇ ਅਗਾਂਹ ਵੀ ਆਉਣ ਵਾਲੀ ਗ੍ਰਾਂਟ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਸ਼ਹਿਰ ਲਈ ਵਾਰਡਾਂ ਵਿੱਚ ਬਰਾਬਰ ਬਰਾਬਰ ਖਰਚ ਕੀਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਗਰ ਕੌਂਸਲ ਆਦਮਪੁਰ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਕਰਵਲ, ਰਾਕੇਸ਼ ਅਗਰਵਾਲ, ਰਾਜੇਸ਼ ਕੁਮਾਰ ਰਾਜੂ, ਗਿਆਨ ਚੰਦ ਪ੍ਰਧਾਨ, ਵਰੁਣ ਚੋਡਾ, ਤਰਸੇਮ ਲਾਲ ਸੇਮਾ, ਅਮਰਦੀਪ ਦੀਪਾ, ਪ੍ਰਵੀਨ ਟੰਡਨ, ਆਸ਼ੂ ਟੰਡਨ ਅਤੇ ਹੋਰ ਸ਼ਹਿਰ ਵਾਸੀ ਵੀ ਹਾਜ਼ਰ ਸਨ। ਅੱਜ ਪੰਜਾਬ ਦੇ CM ਸਾਹਿਬ, ਕੈਪਟਨ ਸਾਹਿਬ ਨੇ ਪੰਜਾਬ ਵਿੱਚ 1 ਅਰਬਨ ਡਿਵੈਲਪਮੈਂਟ ਮਿਸ਼ਨ ਦੀ ਦੂਜੇ ਫੇਜ਼ ਦੀ ਸ਼ੁਰੂਆਤ ਕੀਤੀ, ਜਿਸ ਦੇ ਵਿੱਚ ਕਰੋੜਾਂ ਰੁਪਈਆ ਪੰਜਾਬ ਦੇ ਸ਼ਹਿਰਾਂ ਦੀ ਡਿਵੈਲਪਮੈਂਟ ਵਾਸਤੇ ਲਾਇਆ ਜਾਣਾ। ਆਦਮਪੁਰ ਵਾਸਤੇ ਇਸ ਮਿਸ਼ਨ 'ਚ 4 ਕਰੋੜ ਰੁਪਈਆ ਆਇਆ। ਅਸੀਂ ਇਸ ਮਿਸ਼ਨ ਦੇ ਤਹਿਤ ਆਦਮਪੁਰ ਵਿੱਚ ਗਲੀਆਂ, ਸੀਵਰੇਜ ਅਤੇ ਲਾਈਟਾਂ ਵਾਸਤੇ ਯੂਜ ਕਰ ਰਹੇ ਹਾਂ। ਮੈਨੂੰ ਇਹ ਦੱਸਦੇ ਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਟਾਈਮ 118 ਗਲੀਆਂ ਜਿਹੜੀਆਂ ਆਦਮਪੁਰ 'ਚ ਬਣ ਰਹੀਆਂ ਅਤੇ 3 ਜਗ੍ਹਾ 'ਤੇ ਸੀਵਰੇਜ ਦਾ ਕੰਮ ਦੁਬਾਰਾ ਅਸੀਂ ਸ਼ੁਰੂ ਕੀਤਾ। ਅਸੀਂ ਆਸ ਕਰਦੇ ਹਾਂ ਜਿਹੜਾ ਅਗਲਾ ਮਿਸ਼ਨ ਵੀ ਆਏਗਾ, ਜਿਹੜਾ 3ਜਾ ਮਿਸ਼ਨ ਆਉਣਾ, ਆਦਮ ਮਿਸ਼ਨ ਆਉਣਾ, ਉਹਦੇ ਵਿੱਚ ਵੀ ਸਾਨੂੰ ਬਹੁਤ ਸਾਰੀ ਪੈਸੇ ਮਿਲਣੇ। ਆਦਮਪੁਰ ਦੀ ਅਸੀਂ ਸਾਡੇ ਮਹਿੰਦਰ ਸਿੰਘ KP ਹਲਕਾ ਇੰਚਾਰਜ ਹੈ, ਉਹਨਾਂ ਦੀ ਰਹਿਨੁਮਾਈ 'ਚ ਹਰ ਪੱਖੀ ਹਰ ਵਾਰਡਾਂ ਦੀ ਡਿਵੈਲਪਮੈਂਟ ਕਰਾਂਗੇ। ਧੰਨਵਾਦ।